ਪੇਪਰ 'ਚ ਵੀ ਦੇ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਮੈਂ ਆਉਣਾ, ਮੈਨੂੰ ਮਿਲਣ ਵਾਲੇ ਕੋਈ ਹੈਗੇ ਬੰਦੇ ਨਾਰਾਜ਼ ਹੋ ਜਾਂਦੇ ਨੇ ਵੀ ਸਾਨੂੰ ਦੱਸਦੇ ਨਹੀਂ, ਤੂੰ ਜਦੋਂ ਮੈਂ ਪਹਿਲਾਂ ਕਿਤੇ ਆਇਆ ਵੀ ਹਾਂ ਮੈਨੂੰ ਦੱਸਦੇ ਨਹੀਂ, ਇਸ ਕਰਕੇ ਉਹ ਪੇਪਰ 'ਚ ਆ ਗਿਆ। ਉਹਦੇ 'ਚ ਆ ਗਿਆ ਕਿ ਮੀਟਿੰਗ ਰੱਖੀ ਆ ਜੀ। ਹੁਣ ਵੀ ਜੇ ਸਮਾਂ ਰਹਿੰਦੇ ਪਾਰਟੀ ਦੇ ਵਿੱਚ ਬਚਾਅ ਜਿਹੜਾ ਪਰਿਵਾਰ ਦਾ ਕੀਤਾ ਜਾਵੇ ਤਾਂ ਕੀ ਕਰਨਾ ਚਾਹੀਦਾ? ਮੈਂ ਹੁਣ ਕੋਈ ਨਸੀਹਤ ਨਹੀਂ ਦੇਣਾ ਚਾਹੁੰਦਾ, ਬੜਾ ਅਸੀਂ ਅੰਦਰ ਬੈਠ ਕੇ ਬਹੁਤ ਕੁਛ ਨਸੀਹਤਾਂ ਦੇਣੀਆਂ, ਹੁਣ ਮੈਂ ਨਸੀਹਤ ਕੀ ਦੇ ਸਕਦਾ? ਅਸੀਂ ਸਾਰੇ ਮਾਨ ਦਿੱਤਾ, ਸਾਡਾ ਅਸੀਂ ਆਪਣੇ ਲੀਡਰ ਮੰਨਿਆ, ਅਤੇ ਜੇ ਹੁਣ ਨਹੀਂ ਇਸ ਕ੍ਰਾਈਸਿਸ 'ਚ ਨਹੀਂ ਬੋਲਣੇ ਤਾਂ ਉਹਨਾਂ ਦੀ ਮਰਜ਼ੀ ਹੈ। ਕੀ ਲੱਗਦਾ ਹੈਗਾ ਪੁੱਤ ਦੀ ਸਾਖ ਨੂੰ ਬਚਾਉਣ ਦੇ ਲਈ ਚੁੱਪ ਨੇ ਉਹ? ਇਹ ਤਾਂ ਹੁਣ ਉਹਨਾਂ ਤੋਂ ਉਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ, ਕਿਉਂ ਨਹੀਂ ਬੋਲਦੇ। ਅਕਾਲੀ ਦਲ ਦੇ ਵੱਡੇ ਚਿਹਰੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰੀ ਅੱਜ ਸੰਗਰੂਰ ਵਿਖੇ ਪਹੁੰਚੇ। ਸੰਗਰੂਰ ਦੇ ਵਿੱਚ ਜਦ ਪਹੁੰਚੇ ਤਾਂ ਵਰਕਰਾਂ ਦਾ ਜਿਹੜਾ ਹਜੂਮ ਸੀਗਾ ਉਹ ਢੀਂਡਸਾ ਸਾਹਿਬ ਦੇ ਨਿਵਾਸ ਦੇ ਉੱਪਰ ਪਹੁੰਚ ਗਿਆ, ਅਤੇ ਨਾਲ ਹੀ ਜਿਹੜਾ ਹੈਗਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜਾ ਹੈਗਾ ਵਰਕਰਾਂ ਦਾ ਧੰਨਵਾਦ ਕੀਤਾ। ਸੁਖਦੇਵ ਸਿੰਘ ਢੀਂਡਸਾ ਹੋਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਕਿਸ ਤਰ੍ਹਾਂ ਅੱਜ ਜਿਹੜਾ ਤੁਸੀਂ ਸੰਗਰੂਰ ਦੇ ਵਿੱਚ ਪਹੁੰਚੇ ਵਰਕਰ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਏ? ਦੇਖੋ, ਮੇਰਾ ਅਸਲ ਮਕਸਦ ਇਹ ਸੀ ਕਿ ਮੈਂ ਬਹੁਤ ਮਹੀਨਿਆਂ ਤੋਂ ਸੰਗਰੂਰ ਨਹੀਂ ਆਇਆ ਸੀ। ਵਰਕਰ ਮਿਲਦੇ ਸੀ, ਕਹਿੰਦੇ ਤੁਸੀਂ ਆਉਂਦੇ ਕਿਉਂ ਨਹੀਂ, ਸੰਗਰੂਰ ਨਹੀਂ ਆਉਂਦੇ। ਮੈਂ ਬੁੱਧਵਾਰ ਨੂੰ ਆਉਣਾ ਸੀ, ਮੈਨੂੰ ਅਜੀਤ ਵਰਨ ਦੇ ਪੱਤਰਕਾਰ ਜਿਹੜੇ ਚੀਫ ਹੈ ਇੱਥੇ ਉਹਨੇ ਕੀਤਾ ਡੈਲੀਵਰੀ, ਕਿੱਦਣ ਆਉਣਾ? ਮੈਂ ਕਿਹਾ ਜੀ ਬੁੱਧਵਾਰ ਨੂੰ ਆਉਣਾ, ਅਤੇ ਮੈਂ ਕਿਹਾ ਮਾੜਾ ਜਿਹਾ ਪੇਪਰ 'ਚ ਵੀ ਦੇ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਮੈਂ ਆਉਣਾ, ਮੈਨੂੰ ਮਿਲਣ ਵਾਲੇ ਕੋਈ ਹੈਗੇ ਬੰਦੇ ਨਾਰਾਜ਼ ਹੋ ਜਾਂਦੇ ਨੇ ਵੀ ਸਾਨੂੰ ਦੱਸਦੇ ਨਹੀਂ, ਤੂੰ ਜਦੋਂ ਮੈਂ ਪਹਿਲਾਂ ਕਿਤੇ ਆਇਆ ਵੀ ਹਾਂ ਮੈਨੂੰ ਦੱਸਦੇ ਨਹੀਂ। ਇਸ ਕਰਕੇ ਉਹ ਪੇਪਰ 'ਚ ਆ ਗਿਆ, ਉਹਦੇ 'ਚ ਆ ਗਿਆ ਕਿ ਮੀਟਿੰਗ ਰੱਖੀ ਆ ਜੀ। ਮੀਟਿੰਗ 'ਚ ਵਰਕਰਾਂ 'ਚ ਇੰਨਾ ਉਤਸ਼ਾਹ ਹੋ ਗਿਆ, ਉਹਨਾਂ ਨੇ ਆਪ ਹੀ ਸਾਰਿਆਂ ਨੂੰ ਮੈਸੇਜ ਜਿਨ੍ਹਾਂ ਨੂੰ ਲੱਗੇ ਉਹਨਾਂ ਨੇ ਆਪ 'ਚ ਲਾ ਦਿੱਤੇ। ਮੇਰੀ ਕਿਸੇ ਨਾਲ ਨਹੀਂ ਗੱਲ ਹੋਈ, ਉਹਨਾਂ ਦੇ ਪ੍ਰੈਸ ਨਾਲ, ਉਹਨਾਂ ਦੇ ਆਪ 'ਚ ਕਿਹਾ ਕਿ ਅੱਜ ਲੋਕਾਂ ਦੇ ਬਹੁਤ, ਮੈਂ ਧੰਨਵਾਦ ਕਰਦਾ ਉਹਨਾਂ ਦੇ ਕਿ ਬਹੁਤ ਵੱਡੇ ਤਾਦਾਦ ਵਿੱਚ ਅੱਜ ਆਏ, ਬੜੇ ਬਹੁਤ ਸਰਪੰਚ ਸੀ, 3 SGPC ਮੈਂਬਰ ਸੀ, ਹੋਰ ਵੀ ਬਹੁਤ ਆਗੂ ਸੀ ਪੁਰਾਣੇ, ਉਹ ਸਾਰੇ ਅੱਜ ਆਏ ਨੇ, ਅਤੇ ਉਹਨਾਂ ਦਾ ਧੰਨਵਾਦ ਕਰਦੇ। ਕਿਸ ਤਰ੍ਹਾਂ ਦਾ ਜਿਹੜਾ ਫੈਸਲਾ ਤੁਸੀਂ ਲੈਣ ਜਾ ਰਹੇ ਹੋ ਪਾਰਟੀ ਨੂੰ ਲੈ ਕੇ? ਪੈਸਾ ਤਾਂ ਅਜੇ ਉੱਥੇ ਫੈਸਲਾ ਕੀਤਾ ਸੀ, ਅਸੀਂ 3 ਮੈਂਬਰੀ ਕਮੇਟੀ ਬਣੀ ਹੈ ਸਾਡੀ, ਅਤੇ ਉਹ ਅਸੀਂ ਅੱਗੇ ਕੱਲ੍ਹ ਮੀਟਿੰਗ ਹੋ ਰਹੀ ਆ, ਉਹਦੇ 'ਚ ਅਸੀਂ ਕਮੇਟੀ ਕੋਆਰਡੀਨੇਸ਼ਨ ਕਮੇਟੀ ਬਣਾਵਾਂਗੇ, ਜਿਹੜੀ ਦੂਜੀਆਂ ਪਾਰਟੀਆਂ ਨਾਲ ਜਾਂ ਘਰ ਬੈਠੇ ਨੇ ਜਾਂ ਪੁਰਾਣੇ ਅਕਾਲੀ ਨੇ, ਕਈ ਪਾਰਟੀਆਂ ਚਲੇ ਗਏ, ਕਿਸੇ ਨੇ ਆਪਣੀਆਂ ਪਾਰਟੀਆਂ ਬਣਾ ਲਈਆਂ, ਤਾਂ ਕਿ ਅਸੀਂ ਇੱਕ ਥਾਂ ਇਕੱਠੇ ਹੋ ਸਕੀਏ। ਜਿਹੜੇ ਵਰਕਰ ਨੇ, ਵਰਕਰਾਂ ਦੇ ਵਿੱਚ ਕਿਤੇ ਨਾ ਕਿਤੇ ਦੋਚੀਤੀ ਬਣੀ ਹੋਈ ਹੈ ਅਜੇ ਵੀ, ਕਿ ਟਕਸਾਲੀਆਂ ਦੇ ਨਾਲ ਤੁਸੀਂ ਸੰਗਠਨ ਕਰਨ ਜਾ ਰਹੇ ਹੋ ਜਾਂ ਫਿਰ ਅਕਾਲੀ ਦਲ ਦੇ ਵਿੱਚ ਹੀ ਰਹਿ ਕੇ ਤੁਸੀਂ ਜਿਹੜਾ ਪਾਰਟੀ ਨੂੰ ਜਿਹੜਾ ਹੁਲਾਰਾ ਦੇਵੋਗੇ? ਨਹੀਂ, ਅਕਾਲੀ ਦਲ 'ਚ ਹੀ ਬੈਠਾ, ਮੈਂ ਅਕਾਲੀ ਦਲ ਹੀ ਰਹਿਣਾ, ਅਕਾਲੀ ਦਲ ਦਾ ਹੀ ਮੈਂਬਰ ਹਾਂ, ਅਕਾਲੀ ਦਲ 'ਚ ਹੀ ਰਹੂੰਗਾ। ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤੁਸੀਂ ਕੀ ਨਸੀਹਤ ਦੇਣੀ ਚਾਹੁੰਦੇ ਹੋ ਜੇਕਰ ਹੁਣ ਵੀ ਜੇ ਸਮਾਂ ਰਹਿੰਦੇ ਪਾਰਟੀ ਦੇ ਵਿੱਚ ਬਚਾਅ ਜਿਹੜਾ ਪਰਿਵਾਰ ਦਾ ਕੀਤਾ ਜਾਵੇ ਤਾਂ ਕੀ ਕਰਨਾ ਚਾਹੀਦਾ? ਮੈਂ ਹੁਣ ਕੋਈ ਨਸੀਹਤ ਨਹੀਂ ਦੇਣਾ ਚਾਹੁੰਦਾ, ਬੜਾ ਅਸੀਂ ਅੰਦਰ ਬੈਠ ਕੇ ਬਹੁਤ ਕੁਛ ਨਸੀਹਤਾਂ ਦੇਣੀਆਂ, ਹੁਣ ਮੈਂ ਨਸੀਹਤ ਕੀ ਦੇ ਸਕਦਾ? ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਇਸ ਮੁੱਦੇ ਦੇ ਉੱਪਰ ਕੁਛ ਨਾ ਕੁਛ ਸਾਹਮਣੇ ਆ ਕੇ ਕਹਿ ਰਹੇ ਹੈਗੇ, ਚੁੱਪ ਨੇ ਜੀ ਉਹ, ਪਤਾ ਨਹੀਂ ਕਿਉਂ ਚੁੱਪ ਨੇ। ਵੈਸੇ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਬੋਲਣਾ ਚਾਹੀਦਾ, ਕੁਛ ਕਹਿਣਾ ਚਾਹੀਦਾ ਹੈਗਾ? ਬਿਲਕੁਲ, ਜੇ ਉਹ ਨਹੀਂ ਸੰਭਾਲਣਗੇ, ਇੰਨੀ ਦੇਰ ਉਹਨਾਂ ਨੂੰ ਲੋਕਾਂ ਨੇ ਮਾਨ ਦਿੱਤਾ, ਅਸੀਂ ਸਾਰੇ ਮਾਨ ਦਿੱਤਾ, ਸਾਡਾ ਅਸੀਂ ਆਪਣੇ ਲੀਡਰ ਮੰਨਿਆ, ਅਤੇ ਜੇ ਹੁਣ ਨਹੀਂ ਇਸ ਕ੍ਰਾਈਸਿਸ 'ਚ ਨਹੀਂ ਬੋਲਣੇ ਤਾਂ ਉਹਨਾਂ ਦੀ ਮਰਜ਼ੀ ਹੈ। ਕੀ ਲੱਗਦਾ ਹੈਗਾ ਪੁੱਤ ਦੀ ਸਾਖ ਨੂੰ ਬਚਾਉਣ ਦੇ ਲਈ ਚੁੱਪ ਨੇ ਉਹ? ਇਹ ਤਾਂ ਹੁਣ ਉਹਨਾਂ ਤੋਂ ਉਹੀ ਦੱਸ ਸਕਦੇ ਨੇ ਵੀ ਕੀ ਕਾਰਨ ਹੈ, ਕਿਉਂ ਨਹੀਂ ਬੋਲਦੇ। ਜਿਹੜੇ ਵਰਕਰ ਹੈਗੇ ਨੇ ਕਿਤੇ ਨਾ ਕਿਤੇ ਜਿਹੜੀ ਸਿਆਸਤ ਦੇ ਵਿੱਚ ਵਰਕਰਾਂ ਨੂੰ ਤਾਂ ਨਹੀਂ ਇਸ ਚੀਜ਼ ਦਾ ਜਿਹੜਾ ਹੈਗਾ ਲੌਸ ਪਏਗਾ ਜੀ? ਵਰਕਰਾਂ ਨੂੰ ਲੌਸ ਹੁੰਦਾ ਨੈਚੁਰਲੀ। ਹੁਣ ਦੋ ਚਿੱਤੀ 'ਚ ਜਿਹੜੇ ਨਹੀਂ ਅੱਜ ਆਏ, ਜਿਹੜੇ ਹਲਕਾ ਇੰਚਾਰਜ ਬਣੇ ਫਿਰਦੇ ਨੇ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਅਹੁਦੇਦਾਰਾਂ ਦੇ ਭੁੱਖੇ ਨੇ, ਉਹ ਵਿਚਾਰੇ ਇਸੇ ਉਸ ਚੀਜ਼ ਨੇ ਕਿ ਸਾਨੂੰ ਸ਼ਾਇਦ ਕੋਈ ਅਹੁਦੇ ਮਿਲ ਜਾਵੇ। ਪਰ ਲੇਕਿਨ ਵਰਕਰ ਨੇ ਜਿਹੜੇ ਉਹ ਦੋ ਚਿੱਤੀ ਦੇ ਵਿੱਚ ਪਏ ਹੋਏ ਨੇ, ਪਰ ਲੇਕਿਨ ਜਦੋਂ ਤੁਸੀਂ ਐਲਾਨ ਕੀਤਾ ਕਿ ਹਾਂ ਸੁਖਦੇਵ ਸਿੰਘ ਢੀਂਡਸਾ ਜੀ ਅੱਜ ਪਹੁੰਚ ਰਹੇ ਨੇ, ਬੁੱਧਵਾਰ ਨੂੰ ਪਹੁੰਚ ਰਹੇ ਨੇ ਸੰਗਰੂਰ ਦੇ ਵਿੱਚ, ਵਰਕਰ ਜਿਹੜੇ ਹੈਗੇ ਨੇ ਵੱਡੇ ਤਾਦਾਦ ਦੇ ਵਿੱਚ ਸੰਗਰੂਰ ਦੇ ਵਿੱਚ ਪਹੁੰਚੇ, ਤੁਸੀਂ ਵਰਕਰਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਤਾਂ ਵਰਕਰ ਨੂੰ ਅੱਜ ਕਿਹਾ, ਅਪੀਲ ਕੀਤੀ ਹੈ ਕਿ ਭਾਈ ਤਕੜੇ ਹੋ, ਆਪਾਂ ਪਾਰਟੀ ਤਕੜੀ ਕਰਨੀ ਹੈ, ਪਾਰਟੀ ਨੂੰ ਉਹਨਾਂ ਲੀਹਾਂ 'ਤੇ ਲੈ ਕੇ ਆਉਣਾ। ਸੋ ਬਿਲਕੁਲ, ਇਹ ਸਨ ਸੁਖਦੇਵ ਸਿੰਘ ਢੀਂਡਸਾ ਕਿ ਜਿਨ੍ਹਾਂ ਨੇ ਆਪਣੇ ਵਰਕਰਾਂ ਨੂੰ ਬਿਲਕੁਲ ਸਿੱਧੇ ਤੌਰ 'ਤੇ ਕਹਿ ਦਿੱਤਾ ਹੈਗਾ ਕਿ ਜਿਹੜਾ ਹੈਗਾ ਸਿੱਧੇ ਤੌਰ 'ਤੇ ਕਹਿ ਦਿੱਤਾ ਹੈਗਾ ਕਿ ਆਪਣੇ ਵਰਕਰ ਅਕਾਲੀ ਦਲ ਦੇ ਸਾਖ ਬਚਾਉਣ ਲਈ ਇਕੱਠੇ ਹੋ ਕੇ ਜਿਹੜੀ ਹੈਗੀ ਆ ਆਪਾਂ ਲੜਾਂਗੇ। ਸੋ ਸੁਖਬੀਰ ਸਿੰਘ ਬਾਦਲ ਹੋਰ ਜਿਹੜੇ ਹੈਗੇ ਨੇ ਪਾਰਟੀ ਨੂੰ ਖਰਾਬ ਕਰ ਰਹੇ ਸੀਗੇ, ਇਸ ਕਰਕੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਵਿੱਚ ਹੀ ਰਹਿ ਕੇ ਜਿਹੜਾ ਪਾਰਟੀ ਨੂੰ ਬਚਾਉਣ ਦੀ ਗੱਲ ਕਹੀ ਹੈ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ ਸੰਗਰੂਰ।